ਨਿਰਧਾਨ ਆਦਰ ਕੋਈ ਨਾ ਦੇ, ਹਾਂ, ਨਿਰਧਨ ਇੱਥੇ ਵਿਸਰਾਮ ਲਾਉਣਾ ਹੈ, ਆਦਰ ਕੋਈ ਨਾ ਦੇ। ਲਾਖ ਜਤਨ ਕਰੈ ਉਹ ਚਿਤ ਨਾ ਧਰੇ, ਰਹਾਉ ਜੋ ਨਿਰਧਨ ਸਰ ਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ, ਜੋ ਸਰ ਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ, ਨਿਰਧਨ ਸਰ ਧਨ ਇਕੱਠਾ ਹੀ ਨਿਰਧਨ ਸਰ ਧਨ ਧੱਦੇ ਦੋਨੋ ਪੂਰੇ ਬੋਲਨੇ ਭਾਈ, ਹਾਂ। ਪ੍ਰਭ ਕੀ ਕਲਾ ਨਾ ਮੇਟੀ ਜਾਈ, ਕਹਿ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਗੁਰ ਸੇਵਾ ਤੇ ਭਗਤ ਕਮਾਈ, ਗੁਰ ਸੇਵਾ ਇੱਥੇ ਵਿਸਰਾਮ ਲਾਉਣਾ ਹੈ, ਤੇ ਭਗਤ ਕਮਾਈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਅਤੇ ਭਗਤੀ ਦੀ ਕਮਾਈ ਕਰਨ ਵਾਸਤੇ ਤਾਂ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਭਗਤੀ ਤੇ ਸੇਵਾ ਕਰਨ ਵਾਸਤੇ। ਕਈ ਦਾ ਅਰਥ ਇੰਝ ਕਰਦੇ ਆ, ਗੁਰੂ ਦੀ ਸੇਵਾ ਕੀਤੀ ਤੇ ਭਗਤੀ ਕਮਾਈ ਕੀਤੀ ਤਾਂ ਮਨੁੱਖਾ ਦੇਹੀ ਪਾਈ। ਨਹੀਂ, ਮਨੁੱਖਾ ਦੇਹੀ ਜਿਹੜੀ ਹੈ ਨਾ, ਉਹ ਸੇਵਾ ਅਤੇ ਭਗਤੀ ਵਾਸਤੇ, ਭਗਤੀ ਦੀ ਕਮਾਈ ਵਾਸਤੇ ਪ੍ਰਾਪਤ ਹੋਈ ਹੈ। ਗੁਰ ਸੇਵਾ ਤੇ ਭਗਤ ਫਿਰ ਕਮਾਈ, ਤਾਂ ਮੋਕਸ਼ ਹੋ ਜਾਂਦੀ ਹੈ ਜਦੋਂ ਸੇਵਾ ਅਤੇ ਭਗਤੀ ਕਰ ਲਈ। ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਾਜ ਹਰਿ ਕੀ ਸੇਵ, ਭਜਹੁ ਗੋਬਿੰਦ ਭੂਲ ਮਤ ਜਾਹੁ, ਮਾਨਸ ਜਨਮ ਕਾ ਏਹੀ ਲਾਹੁ, ਰਹਾਉ ਜਬ ਲਗ ਜਰਾ ਰੋਗ ਨਹੀਂ ਆਇਆ, ਤਬ ਲਗ ਜਬ ਲਗ ਜਰਾ ਰੋਗ ਨਹੀਂ ਆਇਆ। ਕਾਲ ਗ੍ਰਸੀ ਨਹੀਂ ਇੱਥੇ ਕਾਇਆ, ਵੀ ਜਬ ਲਗ, ਇੱਥੇ ਤਬ ਲਗ ਨਹੀਂ ਹੈ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਬ ਲਗ ਬਿਕਲ ਭਈ ਨਹੀਂ ਬਾਨੀ, ਭਾਜ ਲੇ ਰੇ ਮਨ, ਭਜ ਲੇਹ ਰੇ ਮਨ ਸਾਰਿਗ ਪਾਨੀ, ਭਜ ਲੇ ਰੇ ਮਨ ਸਾਰਿਗ ਪਾਣੀ। ਭਜ ਵਿਸਰਾਮ ਲੇਹ ਇੱਥੇ ਵਿਸਰਾਮ, ਲੇ ਹਾਂਜੀ, ਰੇ ਮਨ ਸਾਰਿਗ ਪਾਨੀ। ਆਪਣਾ ਭਜਸ ਕਬ ਭਾਈ, ਭਜਸ ਬੋਲਾ ਹੀ ਬੋਲਣਾ, ਆਪਣਾ ਭਜਸ, ਭਜਸ ਕਬ ਭਾਈ, ਹੁਣ ਹੀ ਚਿੰਤਨ ਕਰਦਾ ਭਜਨ ਕਰਦਾ ਤਾਂ ਕਦੋਂ ਭਜਨ ਕਰੇਗਾ। ਆਵੇ ਅੰਤ ਨਾ ਭਜਿਆ ਜਾਈ। ਹਾਂ, ਇਹ ਵੀ ਭਜਿਆ, ਜਦੋਂ ਅੰਤ ਆ ਗਿਆ ਫਿਰ ਕਿੱਥੋਂ ਚ ਸਿਮਰਨ ਕਰੇਗਾ ਭਾਈ। ਜੋ ਕਿਛ ਕਰਹਿ ਸੋਈ ਆਬਸਾਰ, ਫਿਰ ਪਛਤਾਹੁ ਨਾ ਪਾਵਹੁ ਪਾਰ। ਫਿਰ ਪਛਤਾਹੁ, ਪਛਤਾਵਹੁ ਕਈ ਕਹਿ ਜਾਂਦੇ ਨੇ, ਪਛਤਾਹੁ ਪਾਠ ਹੈ, ਫਿਰ ਪਛਤਾਹੁ ਨਾ ਪਾਵਹੁ ਪਾਰ। ਸੋ ਸੇਵਕ ਜੋ ਲਾਇਆ ਸੇਵ, ਤਿਨ ਹੀ ਪਾਏ ਨਿਰੰਜਨ ਦੇਵ, ਗੋਰ ਮਿਲ ਤਾਕੇ ਖੁੱਲੇ ਕਪਾਟ, ਬਹੁਰ ਨਾ ਆਵੇ ਜੋਨੀ ਬਾਟ, ਇਹੀ ਤੇਰਾ ਅਵਸਰ। ਇਹੀ ਨਹੀਂ ਬੋਲਣਾ, ਇਹੀ ਉਚਾਰਨ ਕਰਨਾ, ਈੜੀ ਸਿਆਰੀ ਹਾਏ ਬਿਹਾਰੀ ਹੈ, ਇਹੀ ਤੇਰਾ ਅਵਸਰ। ਇਹ ਤੇਰੀ ਬਾਰ ਘਾਟ ਭੀਤਰ, ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੈ ਹਾਰ। ਕਹਿਤ ਕਬੀਰ ਤੇ ਲਾ ਦੋ ਵਿਸਰਾਮ, ਜੀਤ ਕੈ ਹਾਰ।
ਬਹੁ ਬਿਦ ਕਹਿਓ ਪੁਕਾਰ ਪੁਕਾਰ। ਸੇਵਕੀ ਪੁਰੀ, ਯਾਨੀ ਕਹਿੰਦੇ ਕਬੀਰ ਸਾਹਿਬ ਕਹਿੰਦੇ ਭਾਵੇਂ ਤੂੰ ਇਸ ਮਨੁੱਖਾ ਜਨਮ ਨੂੰ ਜਿੱਤ ਲੈ ਜਾਂ ਹਾਰ ਲੈ, ਮੈਂ ਤਾਂ ਤੈਨੂੰ ਦੱਸ ਦਿੱਤੀ ਹੈ, ਬਹੁ ਬਿਦ ਕਹਿਓ ਪੁਕਾਰ ਪੁਕਾਰ, ਪਿੱਛੇ ਸਾਰਾ ਮਨੁੱਖਾ ਜਨਮ ਦਾ ਪ੍ਰਯੋਜਨ ਦੱਸ ਦਿੱਤਾ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ। ਸੇਵਕੀ ਪੁਰੀ ਬਸੈ ਬੁੱਧ ਸਾਰ, ਤਹਿ ਤੁਮ ਮੇਲ ਕੈ ਕਰੋ ਵਿਚਾਰ। ਇੱਥੇ ਵਿਚਾਰ ਬੋਲਣਾ, ਵਿਚਾਰ ਬਿਹਾਰੀ ਨਹੀਂ ਹੈ। ਈਤ ਊਤ ਕੀ ਸੋਝੀ ਪਰੈ, ਕੌਣ ਕਰਮ ਮੇਰਾ ਕਰ ਕਰ ਮਰੈ। ਕੌਣ ਕਰਮ, ਇੱਥੇ ਵਿਸਰਾਮ ਲਾਉਣਾ ਹੈ, ਮੇਰਾ ਕਰ ਕਰ ਮਰੈ। ਕੌਣ ਕਰਮ ਮੇਰਾ ਕਰ ਕਰ ਮਰੈ, ਨਿਜ ਪਦ ਉਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਰਾਜਾ ਰਾਮ ਨਾਮ, ਰਾਜਾ ਰਾਮ ਇਹ ਸੰਬੰਧਕ ਪਾਠ ਹੈ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਰਹਾਉ ਮੂਲ ਦੁਆਰੈ ਬੰਧਿਆ ਬੰਧ, ਰਾਵ ਉਪਰ ਗਹਿ ਰਾਖਿਆ ਚੰਦ, ਪੱਛਮ ਦੁਆਰੈ ਸੂਰਜ ਤਪੈ। ਪੱਛਮ ਕਸਕੇ ਬੋਲਣਾ, ਪੱਛਮ ਦੁਆਰੈ ਸੂਰਜ ਤਪੈ। ਮੇਰ ਡੰਡ ਇਕੱਠਾ ਪਾਠ ਕਰਨਾ ਹੈ, ਮੇਰ ਡੰਡ ਸਿਰ ਉਪਰ ਬਸੈ। ਮੇਰ ਡੰਡ ਸਿਰ ਉਪਰ ਬਸੈ, ਪਸ਼ਚਮ ਦੁਆਰੇ ਕੀ ਸੇਲ ਓੜ। ਪਸ਼ਚਮ ਦੁਆਰੇ ਕੀ ਸੇਲ ਓੜ, ਤੇਹ ਸੇਲ ਉਪਰ ਖਿੜਕੀ ਔਰ, ਖਿੜਕੀ ਉਪਰ ਦਸਵਾ ਦੁਆਰ, ਕਹਿ ਕਬੀਰ ਤਾ ਕਾ ਅੰਤ ਨਾ ਪਾਰ। ਸੋ ਮੁੱਲਾ ਜੋ ਮਨ ਸਿਉ ਲਰੈ, ਗੁਰ ਉਪਦੇਸ਼ ਕਾਲ ਸਿਉ ਜੁਰੈ, ਕਾਲ ਪੁਰਖ ਕਾ ਮਰਦੈ ਮਾਨ। ਇਹ ਕਾ ਪਦ ਤੇ ਵਿਸਰਾਮ ਲਾਉਣਾ ਹੈ, ਕਾਲ ਪੁਰਖ ਕਾ ਮਰਦੈ ਮਾਨ, ਤਿਸ ਮੁੱਲਾ ਕਉ ਸਦਾ ਸਲਾਮ, ਹੈ ਹਜੂਰ ਕਤ ਦੂਰ ਬਤਾਵਹੁ, ਦੁੰਦਰ ਵਧਹੁ ਸੁੰਦਰ ਪਾਵਹੁ। ਇਹ ਦੁੰਦਰ ਵਧਹੁ, ਇੱਥੇ ਵਿਸਰਾਮ, ਸੁੰਦਰ ਪਾਵਹੁ, ਹਾਹੇ ਔਂਕੜ ਦੇ ਨਾਲ ਪਾਠ ਜਿਹੜਾ ਨਾ ਸ਼ੁੱਧ ਪਾਠ ਹੈ, ਪੋਥੀਆਂ ਚ ਪਾਵਹੁ ਛਪਿਆ ਹੋਇਆ, ਊੜਾ ਔਂਕੜ ਲੱਗੇ। ਰਹਾਉ ਕਾਜੀ ਸੋ ਜੋ ਕਾਇਆ ਵਿਚਾਰੈ, ਕਾਇਆ ਕੀ ਅਗਨ ਬ੍ਰਹਮ ਪਰ ਜਾਰੈ। ਕਾਇਆ ਕੀ ਅਗਨ, ਇੱਥੇ ਵਿਸਰਾਮ, ਬ੍ਰਹਮ ਪਰ ਜਾਰੈ ਇਕੱਠਾ ਨਹੀਂ ਕਹਿਣਾ, ਵਿੱਚ ਡੈਸ਼ ਦੇ ਕੇ ਪਰ ਜਾਰੈ। ਸੁਪਨੈ ਬਿੰਦ ਨਾ ਦੇਈ ਝਰਨਾ, ਸੁਪਨੈ ਪਦ ਤੇ ਵਿਸਰਾਮ ਲਾਉਣਾ ਹੈ। ਤਿਸ ਕਾਜੀ ਕਉ ਜਰਾ ਨਾ ਮਰਨਾ, ਸੋ ਸੁਰਤਾਨ ਜੋ ਦੋਏ ਸਾਰ ਤਾਨੈ। ਇਹ ਪਹਿਲਾ ਸੁਰਤਾਨ ਇਕੱਠਾ ਹੀ ਬੋਲਣਾ ਤੇਜ਼ੀ ਨਾਲ, ਸੋ ਸੁਰਤਾਨ, ਇੱਥੇ ਵਿਸਰਾਮ, ਜੋ ਦੋਏ ਸਾਰ, ਇਹ ਵੱਖਰਾ, ਜੋ ਦੋਏ ਸਾਰ ਤਾਨੈ। ਬਾਹਰ ਜਾਤਾ ਭੀਤਰ ਆਨੈ, ਗਗਨ ਮੰਡਲ ਮਹਿ ਲਸਕਰ ਕਰੈ, ਸੋ ਸੁਰਤਾਨ ਛਤਰ ਸਿਰ ਧਰੈ, ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਏਕ ਖੁਦਾਏ, ਕਬੀਰ ਕਾ ਸਵਾਮੀ ਰਹਿਆ ਸਮਾਏ। ਮਹੱਲਾ ਪੰਜਵਾਂ।
ਜੋ ਪਾਥਰ ਕੋ ਕਹਤੇ ਦੇਵ ਤਾ ਕੀ ਬਿਰਥਾ ਹੋਵੈ ਸੇਵ। ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਠਾਕੁਰ ਹਮਰਾ ਸਾਧ ਬੋਲੰਤਾ ਸਰਬ ਜੀਆ ਕੋ ਪ੍ਰਭ ਦਾਨ ਦੇਤਾ ਰਹਾਉ। ਅੰਤਰ ਦੇਵ ਨਾ ਜਾਣੈ ਅੰਧ 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 ਭ੍ਰਮ ਕਾ ਮੋਹਿਆ ਪਾਵੈ ਫੰਦ। ਨਾ ਪਾਥਰ ਬੋਲੈ ਨਾ ਕਿਛ ਦੇ ਫੋਕਟ ਕਰਮ ਨਿਹਫਲ ਹੈ ਸੇਵ। ਜੇ ਮ੍ਰਿਤਕ ਕੋ ਚੰਦਨ ਚੜਾਵੈ ਉਸ ਤੇ ਕਹੋ। ਜੇ ਮ੍ਰਿਤਕ ਕੋ ਚੰਦਨ ਚੜਾਵੈ ਉਸ ਤੇ ਕਹੋ ਕਵਣ ਫਲ ਪਾਵੈ। ਜੇ ਮ੍ਰਿਤਕ ਕੋ ਬਿਸ਼ਟਾ ਮਾਹਿ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਕਿਆ ਘਟ ਜਾਈ ਕਹਿਤ ਕਬੀਰ ਹੋ ਕਹੋ ਪੁਕਾਰ ਸਮਝ ਦੇਖ ਸਾਕਤ ਗਾਵਾਰ। ਦੂਜੈ ਭਾਏ ਬਹੁਤ ਘਰ ਗਾਲੇ ਰਾਮ ਭਗਤ ਹੈ ਸਦਾ ਸੁਖਾਲੇ। ਜਲ ਮਹਿਮੀਨ ਮਾਇਆ ਕੇ ਬੇਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਚਰ ਕੋ ਵਿਆਪੈ। ਪਿੱਛੇ ਬੇਦੇ ਧੱਦੇ ਨਾਲ ਕੱਸ ਕੇ ਹੈ, ਛੇਦੇ ਦੱਦੇ ਦੇ ਨਾਲ ਹੈ, ਧਿਆਨ ਨਾਲ ਬੋਲਣਾ। ਭੁਯੰਗਮ ਭ੍ਰਿੰਗ ਮਾਇਆ ਮਹਿ ਖਾਪੇ ਮਾਇਆ ਐਸੀ ਮੋਹਨੀ ਪਾਈ ਜੇਤੇ ਜੀ ਤੇਤੇ ਡਹਿਕਾਈ ਰਹਾਉ। ਪੰਖੀ ਮ੍ਰਿਗ ਮਾਇਆ ਮਹਿ ਰਾਤੇ ਸਾਕਰ ਮਾਖੀ ਅਧਿਕ ਸੰਤਾਪੇ। ਸਾਕਰ ਮਾਖੀ ਅਧਿਕ ਸੰਤਾਪੇ, ਸਾਕਰ ਥੋੜ੍ਹਾ ਜਿਹਾ ਕੱਸ ਕੇ ਬੋਲਣਾ ਹੈ, ਸ਼ੱਕਰ ਦਾ ਵਾਚਕ ਹੈ। ਸਾਕਰ ਮਾਖੀ ਅਧਿਕ ਸੰਤਾਪੇ। ਤੁਰੇ ਉਸਟ ਮਾਇਆ ਮਹਿ ਭੇਲਾ ਸਿੱਧ ਚੌਰਾਸੀ ਮਾਇਆ ਮਹਿ ਖੇਲਾ। ਖੇਲਾ ਸਿੱਧ ਚੌਰਾਸੀ ਮਾਇਆ ਮਹਿ ਖੇਲਾ ਛੇ ਅਜਤੀ। ਛੇ ਇਸ ਤਰ੍ਹਾਂ ਬੋਲਣਾ ਸਿਹਾਰੀਆ, ਛੇ ਨਹੀਂ ਕਹਿਣਾ, ਲਾਂ ਲਾ ਕੇ ਛੇ ਛੱਛੇ ਸਿਹਾਰੀਆੜਾ। ਛੇ ਅਜਤੀ ਮਾਇਆ ਕੇ ਬੰਦਾ, ਛੇ ਅਜਤੀ ਮਾਇਆ ਕੇ ਬੰਦਾ ਨਵੈ ਨਾਥ ਸੂਰਜ ਅਰ ਚੰਦਾ ਤਪੈ ਰਖੀਸਰ। ਤਪੇ ਤਪੇ ਰਖੀਸਰ, ਤਪੇ ਰਖੀਸਰ ਮਾਇਆ ਮਹਿ ਸੂਤਾ ਮਾਇਆ ਮਹਿ ਕਾਲ ਅਰ ਪੰਚ ਦੂਤਾ। ਮਾਇਆ ਮਹਿ ਕਾਲ ਇੱਥੇ ਵਿਸਰਾਮ, ਅਰ ਪੰਚ ਦੂਤਾ। ਮਾਇਆ ਮਹਿ ਕਾਲ ਅਰ ਪੰਚ ਦੂਤਾ ਸਵਾਨ ਸਿਆਲ ਮਾਇਆ ਮਹਿ ਰਾਤਾ ਬੰਤਰ ਚੀਤੇ ਅਰ ਸਿੰਘਾਤਾ। ਬੰਤਰ ਚੀਤੇ ਇੱਥੇ ਵਿਸਰਾਮ, ਅਰ ਸਿੰਘਾਤਾ। ਮਾਜਾਰ ਗਾਡਰ ਅਰ ਲੂਬਰਾ, ਮੰਜਾਰ ਨਹੀਂ ਕਹਿਣਾ, ਦੋਵੇਂ ਕੰਨੇ ਲਾ ਕੇ ਠੀਕ ਉਚਾਰਨ ਕੀਤਾ। ਮਾਂਜਾਰ ਗਾਡਰ ਅਰ ਲੂਬਰਾ। ਬਿਰਖ ਮੂਲ ਮਾਇਆ ਮਹਿ ਪਰਾ ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰਾ ਅਰ ਧਰ ਤੇਵ। ਕਹਿ ਕਬੀਰ, ਕਹਿ ਨਹੀਂ ਕਹਿਣਾ, ਇਹ ਹਾਹੇ ਦੇ ਵੀ ਦਲਾਵਾਂ ਨਹੀਂ ਹਨ, ਕੱਕਾ ਹਾਹੇ ਸਿਹਾਰੀ। ਕਹਿ ਕਹਿ ਕਬੀਰ ਜਿਸ ਉਦਰ ਤਿਸ ਮਾਇਆ ਤ
ਤਬ ਛੂਟੇ ਜਬ ਸਾਧੂ ਪਾਇਆ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹ ਆਏ। ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰਹ ਦੁਖ ਭੰਜਨਾ ਰਹਾਉ। ਹਰ ਕੀ ਨਾ ਸਿਮਰਹ, ਇੱਥੇ ਵਿਸਰਾਮ ਹਰ ਪਾਤੇ ਯਮਕ ਲਾ ਦਿੰਦੀ ਆ। ਹਰ ਕੀ ਨਾ ਸਿਮਰਹ ਦੁਖ ਭੰਜਨਾ ਰਹਾਉ। ਜਬ ਲਗ ਲਗ ਜਬ ਲਗ ਜਬ ਲਗ ਸਿੰਘ ਰਹਿ ਬਾਨ ਮਾਹ ਤਬ ਲਗ ਬਾਨ ਫੂਲੈ ਹੀ ਨਾਹ। ਜਬ ਹੀ ਸਿਆਰ ਸਿੰਘ ਕਉ ਖਾਇ ਫੂਲ ਰਹੀ ਸਗਲੀ ਬਨ ਰਾਇ। ਜੀਤੋ ਬੂਡੈ ਹਾਰੋ ਤਿਰੈ ਗੁਰ ਪ੍ਰਸਾਦੀ ਪਾਰ ਉਤਰੈ। ਦਾਸ ਕਬੀਰ ਕਹਿ ਸਮਝਾਇ ਕੇਵਲ ਰਾਮ ਰਹੁ ਲਿਵ ਲਾਇ। ਕੇਵਲ ਪਾਤੇ ਵਿਸਰਾਮ ਲਾ ਦੋ। ਕੇਵਲ ਰਾਮ ਰਹੁ ਲਿਵ ਲਾਇ।